ਵਾਹ ਜੀ, ਦੁਆ ਦਿਨ ਆ ਗਿਆ ਅਲਹਮਦੁਲਿਲਾ। ਇਹ ਸ਼ਾਹਜ਼ੇਬ ਸਾਹਿਬ ਨੇ ਜਾਣਾ ਨਾ, ਬਰਾਤ ਸਰਕਾਰ ਰੈਡੀ ਹੈ, ਸਭ ਤੱਕਣੇ ਹੋ ਸ਼ਾਹਜ਼ੇਬ ਸਾਹਿਬ ਨੇ ਜ਼ਿਆਰਤ ਕਰਾਉਣੇ ਆ ਦੱਸੋ। ਇਹ ਜਨਾਬ ਸ਼ਾਹਜ਼ੇਬ ਸਾਹਿਬ ਹਨ ਸਾਨੇ। ਜਨਾਬ ਕੀ ਹਾਲ ਹੈ, ਠੀਕ ਹੋ? ਥਕਾਵਟ ਤਾਂ ਨਹੀਂ ਹੋਈ? ਚਲੋ ਕੋਈ ਨਹੀਂ, ਖੈਰ ਅੱਲਾ ਖੈਰ ਕਰਸੀ ਇਨਸ਼ਾਅੱਲਾ। ਥੋੜ੍ਹਾ ਹੀ ਟਾਈਮ ਹੈ ਇਨਸ਼ਾਅੱਲਾ, 4-5 ਘੰਟੇ ਨੇ ਡਰਾਈਵ ਹੀ ਹੈ ਨਾ। ਅੱਲਾ ਖੈਰ ਖੈਰ ਕਰੇ। ਤੱਕੋ ਨਜ਼ਾਰਾ ਆਜ਼ਾਦ ਕਸ਼ਮੀਰ ਨਾ, ਕਿਆ ਬਾਤ ਹੈ, ਬਰਾਤ ਹੈ ਨਿਕਲ ਆਈ ਹੈ। ਇਹ ਤੱਕੋ ਕਿਆ ਲੋੜਨੇ ਹੋ ਤੁਸਾਂ, ਕਿਆ ਗੁੰਮ ਗਿਆ? ਹਾਂਜੀ ਵਾਹ ਜੀ ਵਾਹ, ਸੈਲਫੀਆਂ ਲਵੋ ਸੈਲਫੀਆਂ ਲਵੋ। ਹਾਂਜੀ ਇੱਥੇ ਕਿਆ ਜੂਸ ਪਲਾਸ ਹੋ? ਹਾਂ ਅੱਛਾ ਚਲੋ ਠੀਕ ਠੀਕ ਹੈ ਠੀਕ ਹੈ, ਦਬਾਈ ਰੱਖੋ। ਹਾਂਜੀ ਠੀਕ ਹੈ ਨਜ਼ਾਰਾ, ਹਾਂਜੀ ਵਾਹ ਕਿਆ ਬਾਤ। ਲਾਮੀਆ ਕਿੱਧਰ ਗਏ ਹੈ ਤੈਬ, ਕੀ ਗੱਲ ਹੋਈ ਹੈ? ਹੈਂ ਬਸ। ਹਾਂਜੀ ਕੱਲ ਕੇ ਮਹਿਰਾਜ, ਅੱਜ ਕੇ ਬਰਾਤੀ। ਹਾਂਜੀ ਦੁਲਾਮੀ ਆ, ਵਾਹ ਠੀਕ ਹੈ ਠੀਕ ਹੈ, ਚਿਕੋ ਨੇ ਥੱਲਾ ਤੱਕ ਸਰਕਾਰ ਨਾਲੇ ਦਰਿਆ ਨਾ ਨਜ਼ਾਰਾ, ਨਾਲੇ ਸਰਕਾਰ ਚੜ੍ਹ ਤੱਕੋ ਫੁੱਲ ਮਾਹੌਲ, ਕਿਆ ਬਾਤ ਹੈ। ਹਾਰੂਨ ਸਾਹਿਬ, ਲਦੀਮ ਸ਼ੇਖ, ਅਸਾਂ ਮੁੜੇ ਸੈਲਫੀਆਂ ਲੈਣ ਲੱਗੇ, ਫਿਰ ਤੂੰ ਵੀ ਜਾ ਯਾਰ ਸੈਲਫੀ ਸ਼ੈਲਫੀ ਲੈ। ਅੱਲਾ ਖੈਰ ਖੈਰ ਕੀਤੀ, ਤਾਂ ਅਸਾਂ 2 ਘੰਟਿਆਂ ਦਾ ਸਫ਼ਰ ਤਕਰੀਬਨ ਤੈਅ ਹੋ ਗਿਆ ਹੈ, ਪਿੱਛੇ 2 ਘੰਟੇ ਰਹਿ ਗਏ, ਬਾਕੀ ਤੱਕਣੇ ਆ ਨਾ ਕਿਆ ਨਿਜ਼ਾਮ ਹੈ। ਵਾਹ ਜੀ ਵਾਹ, ਅਲਹਮਦੁਲਿਲਾ ਨੇੜਾ ਆ ਗਏ ਹਾਂ। ਦੁੱਲਾ ਸਾਹਿਬ ਨੇ ਗੱਡੀ ਚੜ੍ਹਾਈ ਆ, ਪਰ ਭੈਣਾਂ ਵਾਲੇ ਵੀ ਅੱਗੇ ਖਲੋਤੇ ਨੇ, ਵਿਊ ਚੈੱਕ ਕਰੋ। ਹਾਲੇ ਬਾਸ਼ੋ ਕਣਕ ਵੀ ਜਿਹੜਾ ਨਾ ਤਿਆਰ ਹੈ, ਰਾਈ ਆ ਗਏ ਆ, ਫੁੱਲ ਮਾਹੌਲ ਹੈ। ਵਾਹ ਜੀ ਵਾਹ, ਆ ਜਾਓ ਆ ਜਾਓ ਆ ਜਾਓ।
ਬਹੁਤ ਜੀ ਸਰਕਾਰ ਅਪਰੂ ਆਉਣੇ ਸਾਂ ਤੇ ਮੈਂ ਇਹ ਜਿਹੜਾ ਨਜ਼ਾਰਾ ਨਜ਼ਰ ਆਇਆ ਤਾਂ ਮੈਂ ਚਲੋ ਤੁਸਾਂ ਕੀ ਵੀ ਦੱਸੀਏ ਇਹ ਤਾਂ ਕਹੋ ਚਸ਼ਮਾ ਜਿਹੜਾ ਨਾ ਕੁਦਰਤੀ ਚਸ਼ਮਾ ਤੇ ਪਿਰੋ ਆਉਣਾ ਕਿਹੜੇ ਪਾਸੋਂ ਅਸੀਂ ਪਹਾੜੀਆਂ ਵਿੱਚੋਂ ਹੀ ਗੁਦਰੂ ਪਹਾੜੀਆਂ ਵਿੱਚੋਂ ਹੀ ਪਾਣੀ ਤੱਕ ਰੱਬ ਨਿਸ਼ਾਨ ਵਾਹ ਜੀ ਵਾਹ ਇਹ ਦਰਿਆ ਨਾਲ ਜੀ ਅੱਛਾ ਇਹ ਲਾਲਾ ਕਿਹੜਾ ਦਰਿਆ ਕੋਠਲੀ ਆਉਣਾ ਨਾ ਜਿਸ ਤਰ੍ਹਾਂ ਦਰਿਆ ਨੀਲਮ ਹੈ ਜਿਲਮ ਹੈ ਇਸ ਤਰ੍ਹਾਂ ਵੀ ਤਾਂ ਸੀ ਨਾ ਇਸ ਤਰ੍ਹਾਂ ਲਾਲਾ ਪਛਾਣਾ ਤੁਹਾਨੂੰ ਅੱਜ ਫੁੱਲ ਜਿਹੜਾ ਨਾ ਮੋਲ ਦਿੱਤੇ ਅਸੀਂ ਨੇ ਪਤਾ ਲੱਗ ਗਿਆ ਵਾ ਕਿ ਅਸਾਂ ਵੀ ਗੁਦਰਾ ਜਿਹੜਾ ਨਾ ਆਏ ਸਾਂ ਸਫ਼ਰ ਕੀਤਾ ਸੀ ਗੰਜ ਜਨਾਬ ਦੋਵਾਂ ਨੇ ਸਹੀ ਮਿਲਣੇ ਜੁਲਣੇ ਹਾਂ ਲੇਕਿਨ ਇਹ ਹੈ ਕਿ ਅਲਹਮਦੁਲਿਲਾ ਸਫ਼ਰ ਠੀਕ ਰਿਹਾ ਬਸ ਤਬੀਅਤ ਖਰਾਬ ਜਿਹੜੀ ਹੋਈ ਹੈ ਨਾ ਇਸ ਕੰਮ ਬਹੁਤ ਖਰਾਬ ਕੀਤਾ ਵਰਨਾ ਵੀਡੀਓ ਬਣਾ ਤਾਂ ਪਤਾ ਲੱਗਾ ਅਸਲਾਮ ਵਾਲੇਕੁਮ ਜੀ ਹਾਂ ਜੀ ਦੋਸਤੋ ਕੀ ਹਾਲ ਹੈ ਠੀਕ ਹੋ ਖੈਰੀਅਤ ਹੈ ਸਿਹਤ ਠੀਕ ਹੈ ਅਲਹਮਦੁਲਿਲਾ ਤੁਸਾਂ ਦੀਆਂ ਦੁਆਵਾਂ ਨਾਲ ਮੈਂ ਕਾਫੀ ਸਾਰਾ ਬਿਹਤਰ ਹਾਂ ਪਤਾ ਹੈ ਪਿਛਲੇ ਦਿਹਾੜਿਆਂ ਵਿੱਚ ਮੇਰੀ ਸਿਹਤ ਕੋਈ ਗੜਬੜ ਕਰ ਗਈ ਸੀ ਕਿਉਂਕਿ ਕੋਈ ਵੀਡੀਓ ਸਹੀ ਨਹੀਂ ਜਿਹੜਾ ਨਾ ਬਣੀ ਸੈਕਿੰਡ ਜਿਹੜੀ ਬਰਾਤ ਸੀ ਲੇਕਿਨ ਅੱਜ ਜਿਹੜਾ ਨਾ ਦੋਵਾਂ ਜਣਿਆਂ ਨਾ ਯਾਨੀ ਕਿ ਤਲਤ ਸਾਹਿਬ ਨੇ ਜਿਹੜੇ ਦੋਏ ਸਾਹਿਬਜ਼ਾਦੇ ਨੇ ਉਹਨਾਂ ਨਾਲ ਵਲੀਮਾ ਮੈਂ ਸਰਕਾਰ ਜਿਹੜਾ ਨਾ ਹੁਣ ਅਸਾਂ ਜਿਹੜਾ ਨਾ ਤਿਆਰ ਹੋਏ ਹਾਂ ਪਲਾਨਿੰਗ ਇਹ ਹੈ ਕਿ ਚੱਲੀਏ ਜਿਹੜਾ ਨਾ ਅਲਹਿਦਾ ਤਾਂ ਫਿਰ ਤੁਸਾਂ ਕਿ ਮੈਂ ਆਉਣਾ ਕਿ ਥੋੜ੍ਹਾ ਜਿਹਾ ਵਲੀਮੇ ਨਹੀਂ ਵੀ ਰੌਣਕ ਦੱਸਾਂ ਤਾਂ ਇਹ ਹੈ ਕਿ ਰਵੋ ਤੁਸਾਂ ਮੇਰੇ ਨਾਲ ਨਾਲ ਤਾਂ ਇਨਸ਼ਾਅੱਲਾ ਅਸਾਂ ਵੀ ਇੰਜੋਏ ਕਰਸਾਂ ਤਾਂ ਤੁਸਾਂ ਵੀ ਇੰਜੋਏ ਕਰਨਾ ਵੈ ਤਾਂ ਅਗਰ ਵੀਡੀਓ ਪਸੰਦ ਆਉਣੀ ਹੈ ਤਾਂ ਉਸਕੀ ਲਾਇਕ ਸ਼ੇਅਰ ਤਾਂ ਸਬਸਕ੍ਰਾਈਬ ਲਾਜ਼ਮੀ ਕਰਨਾ ਠੀਕ ਹੈ ਨਾ ਤਾਂ ਬਾਕੀ ਆ ਜਾਓ ਮੇਰੇ ਨਾਲ ਲਓ ਜੀ ਸਰਕਾਰ ਅਸਾਂ ਹਾਲਾ ਨੇ ਬਾਹਰ ਆ ਗਏ ਹਾਂ ਤਾਂ ਸਰਕਾਰ ਪਹਿਲਾਂ ਤੁਸਾਂ ਕੀ ਬਾਹਰੋਂ ਹਾਲ ਚੈੱਕ ਕਰਾਉਣੇ ਆ ਕਿਉਂਕਿ ਮੌਸਮ ਜਿਹੜਾ ਨਾ ਬੜਾ ਜ਼ਬਰਦਸਤ ਜਿਹਾ ਹੋ ਗਿਆ ਅਚਾਨਕ ਹੀ ਜਿਹੜਾ ਨਾ ਕਿਉਂਕਿ ਅੱਜ ਜੁਮਾਤੁਲ ਮੁਬਾਰਕ ਹੈ ਤਾਂ ਜੁਮਾਤੁਲ ਮੁਬਾਰਕ ਨੇ ਨਮਾਜ਼ ਪੜ੍ਹਨੇ ਤੋਂ ਪਹਿਲਾਂ ਬਾਰਿਸ਼ ਸ਼ੁਰੂ ਹੋਈ ਹੈ ਤਾਂ ਹੁਣ ਤੱਕ ਜਿਹੜਾ ਨਾ ਬਾਰਿਸ਼ ਚੰਗੀ ਭਲੀ ਜਿਹੜਾ ਨਾ ਪਈ ਹੈ ਬਾਰਿਸ਼ ਬਹੁਤ ਤੇਜ਼ ਲੱਥੀ ਹੈ ਹੁਣ ਥੋੜ੍ਹੀ ਸਾਰੀ ਰੁਕੀ ਹੈ ਤਾਂ ਹੁਣ ਇਹ ਹੈ ਕਿ ਮੈਂ ਆਉਣਾ ਸਾਂ ਕਿ ਚਲੋ ਤੁਸਾਂ ਕਿ ਮੈਂ ਪਹਿਲਾਂ ਹਾਲਾ ਨਹੀਂ ਜਿਹੜਾ ਨਾ ਥੋੜ੍ਹੇ ਸਾਰੀ ਬਾਹਰੋਂ ਜਿਹੜਾ ਨਾ ਦੱਸਾਂ ਕਿ ਹਾਲਾ ਨਾ ਮਾਹੌਲ ਕੀ ਆ ਜਾਵੇ ਉਸ ਤੋਂ ਬਾਅਦ ਫਿਰ ਅੰਦਰੋਂ ਤੁਸਾਂ ਕੀ ਦੱਸਣੇ ਆ ਕਿ ਹਾਲ ਕੀ ਆ ਜਾਵੇ ਠੀਕ ਹੈ ਕਿ ਨਹੀਂ ਅਸਲਾਮ ਵਾਲੇਕੁਮ ਜੀ ਸਾਰਿਆਂ ਤੋਂ ਪਹਿਲਾਂ ਤੁਹਾਨੂੰ ਮੈਂ ਕਿ ਮਸਜਿਦ ਦੱਸੀ ਨਮਾਜ਼ ਸ਼ਮਾਜ਼ ਜਿਹੜਾ ਪੜ੍ਹਨੀ ਬਾਕੀ ਕੰਮ ਤਾਂ ਬੰਦਾ ਲੱਗਾ ਹੀ ਰਹਿਣਾ ਤੇ ਦੂਜੇ ਪਾਸੇ ਸਰਕਾਰ ਇਹ ਨਿਜ਼ਾਮ ਹੈ ਸੀਲਿੰਗ ਦਾ ਲਓ ਜੀ ਸਰਕਾਰ ਅਸਾਂ ਅੰਦਰ ਆ ਗਏ ਹਾਂ ਮਾਸ਼ਾ ਅੱਲਾ ਜਿਹੜਾ ਨਾ ਵੈਰੀ ਨਾਈਸ ਚਲ ਸਾਹਿਬ ਨਾਲ ਨਾਲ ਦੱਸੋ ਨਾ ਥੋੜ੍ਹਾ ਜਿਹਾ ਇਹ ਮੈਂ ਹੈ ਕਿ ਥੋੜ੍ਹਾ ਜਿਹਾ ਥੋੜ੍ਹੀ ਜ਼ਿਆਰਤ ਕਰਾਂ ਅੰਦਰੋਂ ਵੀ ਕਿ ਜਿਹੜਾ ਮਾਹੌਲ ਮਾਸ਼ਰਾ ਹੈ ਕਿੱਥੇ ਨਾ ਜੀ ਸੰਭਲੋ ਸਰਕਾਰ ਮੈਂ ਜਿਹੜਾ ਨਾ ਅਸਲਾਮ ਜੀ ਤੁਸਾਂ ਨੂੰ ਟਾਈਮ ਆਫਸੀ ਨਾ ਅਥਾ ਥਲਾ ਬੋ ਬੋਨਸ ਦੱਸੋ ਨਾ ਇਹਨਾਂ ਕੀ ਕਿਆ ਹੋਇਆ ਨੇ ਇਹਨਾਂ ਇਹ ਆਣੇ ਜੀ ਕਿ ਹਰ ਬੰਦਾ ਇਹ ਹਾਲ ਕਰਾਉਣਾ ਹਾਲ ਵੀ ਪਸੰਦ ਨਹੀਂ ਤਾਂ ਮੈਂ ਇਨਸ਼ਾਅੱਲਾ ਤੁਸਾਂ ਦੀ ਵਾਰੀ ਆਫਸੀ ਤੇ ਤੁਸੀਂ ਜਿਹੜਾ ਹਾਲ ਪਸੰਦ ਹੈ ਤੁਸੀਂ ਦੱਸਿਆ ਉਹ ਹਾਲ ਇਹਨਾਂ ਨਾਲ ਥੱਲੇ ਲਾਂਚਾਂ ਨੇ ਡੇ ਰੱਖ ਲੈ ਸਾਨੂੰ ਹਾਂ ਡੈਮੇਜ ਵੀ ਡੈਮੇਜ ਠੀਕ ਹੈ ਉੱਥੇ ਹਾਂ ਕਿੱਥੇ ਰੱਖ ਸੈਂ ਬਾ ਨਾ ਹੁਣ ਦੱਸ ਨਾ ਹੁਣ ਇੱਥੇ ਅਸਾਂ ਕੀ ਫਿਰ ਯਾਦ ਰਹਿ ਸੀ ਨਾ ਵੀਡੀਓ ਤੱਕ ਸਾਂ ਦੱਸਾਂਗੇ ਯਾਦ ਰਹਿ ਸੀ ਇਹ ਨਾ ਕੱਲ ਭੁੱਲ ਜਾ ਬਾ ਨਾ ਨਰਾਜ਼ ਕੀ ਬਣਾ
ਦੁਬਈ ਹੁਣ ਇਸਨੇ ਅੱਬੇ ਨਹੀਂ ਆਇਆ ਜਿਹੜਾ ਨਾ ਕੋਈ ਜੜਾ ਨਾ ਕੋਈ ਜਹਾਜ਼ ਵਾਪਸੀ ਤੇ ਫਿਰ ਲੈ ਕੇ ਜਾਵਾਂ ਤਾਂ ਉੱਥੇ ਵਿਆਹ ਕਰਾਵਾਂ ਕਿਸੇ ਨੂੰ ਚਾਚੂ ਜੀ ਕੀ ਦੱਸੋ ਨਾ ਕਿਉਂ ਨਹੀਂ ਆਲ ਪਸੰਦ ਵਜਾ ਬਿਆਨ ਕਰੋ ਵਜਾ ਬਿਆਨ ਕਰੋ ਨਾ ਕੋਈ ਬੋਲੋ ਬੋਲੋ ਅੱਛਾ ਨਹੀਂ ਸ਼ਰਮਾ ਕੇ ਲੋ ਜੀ ਸਰਕਾਰ ਇਹ ਇਹ ਹੁਣ ਅਸਾਂ ਇੱਥੇ ਮਹਾਰਾਜਾ ਨਹੀਂ ਜਿਹੜਾ ਨਾ ਕੁਰਸੀ ਤੇ ਬੈਠੇ ਆਂ ਤਾਂ ਮੈਂ ਕਿਹਾ ਚਲੋ ਤੁਸੀਂ ਇਹਦਾ ਮਾਹੌਲ ਦੱਸਾਂ ਇਹ ਤੱਕੋ ਜੀ ਸਰਕਾਰ ਆਲ ਆਲ ਮਾਸ਼ਾਅੱਲਾ ਵੈਰੀ ਨਾਈਸ ਵੈਰੀ ਬਿਊਟੀਫੁਲ ਹਾਂਜੀ ਵਾਹ ਜੀ ਵਾਹ ਕੀ ਬਾਤ ਹੈ ਆਓ ਜੀ ਚਲੋ ਸਭ ਕੇ ਮਿਲ ਲਵੋ ਨਾ ਜੀ ਸਰਕਾਰ ਕਸਰ ਅਸਲਾਮ ਅਲੈਕਮ ਕੀ ਹਾਲ ਹੈ ਠੀਕ ਹੋ ਖਰੀਏ ਤੇ ਸਿਹਤ ਠੀਕ ਹੈ ਚਾਹ ਨਾਲ ਬੜਾ ਸਵਾਦ ਆਇਆ ਸੀ ਅਸਲਾਮ ਜੀ ਕਸਰ ਰਸਤਮ ਕੀ ਹਾਲ ਹੈ ਐਸਾ ਨੇ ਜਨਾਬ ਪਤਰੀਆ ਭਰਾ ਜਨਾਬ ਰਸਤਮ ਖਾਨ ਜੀ ਯਾ ਰਸਤਮ ਬਿਸ਼ਾਰਤ ਰਸਤਮ ਖਾਨ ਬਿਸ਼ਾਰਤ ਵਾਲ ਮਾਸ਼ਾਅੱਲਾ ਮਾਸ਼ਾਅੱਲਾ ਅਸਲਾਮ ਅਲੈਕਮ ਠੀਕ ਹੋ ਕਰੀਏ ਤੇ ਸਲਾਮ ਦੋ ਕਰ ਰਹੇ ਜੀ ਨਾ ਹੁਣ ਕਰਨ ਲੱਗੇ ਆ ਨਾ ਦਿਲ ਮੀਰ ਸਾਹਿਬ ਆ ਗਏ ਮੈਂ ਬਾਜ ਬਾਸਾਂ ਤੇ ਅੱਛਾ ਬਾਜ ਤੁਸੀਂ ਜਨਾਬ ਵੈਦ ਡੋਲਾ ਸਾਹਿਬ ਨਾ ਸਾਨੇ ਜਨਾਬ ਵੈਦ ਮਾਮੂ ਨਹੀਂ ਮਾਮੂ ਤਾਂ ਹੈ ਨਾ ਲੋਕਾਂ ਨੇ ਲੇਕਿਨ ਅਸਾਂ ਨੇ ਤੇ ਡੋਲਾ ਸਾਹਿਬ ਨਾ ਕਿਡੂ ਕੁਦਰ ਜਾਣ ਗਈ ਇਹ ਸਰਕਾਰ ਖਾਣਾ ਪੀਣਾ ਨਾ ਇਹ ਕੈਮਰਾ ਮੈਂ ਨਾ ਮੇਰਾ ਅੱਛਾ ਇਸ ਉਸ ਨਾ ਮਾਇਕ ਹੈ ਕਿਹਾ ਹਾਂ ਕੈਮਰਾ ਨਾ ਦੇਖੋ ਜੀ ਅਸਲ ਭਰਾ ਅੱਲਾ ਪਾਕ ਇਸ ਜ਼ਿੰਦਗੀ ਦਿਆ ਸਿਹਤ ਦਿਆ ਮਾਸ਼ਾਅੱਲਾ ਕਾਫੀ ਬਿਹਤਰ ਹਨ ਪਹਿਲਾਂ ਨਾਲੋਂ ਅਲਹਮਦੁਲਿਲਾ ਆਓ ਜੀ ਭਾਈ ਹਾਲਤ ਚਲੋ ਅੰਦਰ ਆਵਾਮ ਜਾਣਾ ਤਕਰੀਬਨ ਸਾਰੀ ਆ ਗਈ ਹੈ ਤਾਂ ਹੁਣ ਇਹ ਆ ਕਿ ਅੱਲਾ ਖੈਰ ਖੈਰ ਕਰਾਇਆ ਤਾਂ ਮੰਗਣੇ ਆ ਦੁਆ ਤਾਂ ਫਿਰ ਇਨਸ਼ਾਅੱਲਾ ਸ਼ੁਰੂ ਕਰਨੇ ਆ ਬਾਕੀ ਕੰਮ Thank you.
ਲਓ ਜੀ ਸਰਕਾਰ ਅਲਹਮਦੁਲਿਲਾ ਜਿਹੜਾ ਨਾ ਤੁਸਾਂ ਸਾਰੇ ਪ੍ਰੋਗਰਾਮ ਜਿਹੜਾ ਨਾ ਮੈਂ ਕੋਸ਼ਿਸ਼ ਕੀਤੀ ਹੈ ਦੱਸਣੇ ਨਹੀਂ ਤਾਂ ਉਮੀਦ ਕਰਨਾ ਕਿ ਇਹ ਤੁਸਾਂ ਕੀ ਜਿਹੜਾ ਨਾ ਜਿਤਨੇ ਵੀ ਜਿਹੜਾ ਨਾ ਪ੍ਰੋਗਰਾਮ ਸਨ ਗੀਤਾਂ ਨੇ ਸਨ ਮਹਿੰਦੀ ਨੇ ਸਨ ਬਰਾਤਾਂ ਨੇ ਸਨ ਹੁਣ ਵਲੀਮੇ ਨਾਲ ਹੈ ਇਹ ਸਾਰੇ ਤੁਸੀਂ ਪਸੰਦ ਆਏ ਸਨ ਅਤੇ ਅਗਰ ਪਸੰਦ ਆਵਣੇ ਤਾਂ ਪਲੀਜ਼ ਇਸ ਕੀ ਲਾਇਕ ਸ਼ੇਅਰ ਅਤੇ ਸਬਸਕ੍ਰਾਈਬ ਲਾਜ਼ਮੀ ਕਰੇ ਤਾਂ ਮੀਂਹ ਆਪਣੀਆਂ ਦੁਆਵਾਂ ਯਾਦ ਰੱਖੇ ਯਾਰ ਜ਼ਿੰਦਾ ਸੋਬਤ ਬਾਕੀ ਅੱਲਾ ਸੋਹਣੇ ਵਾਲਾ ਹੈ।